ਹਾਂਜੀ ਕਿੱਦਾਂ ਮਿੱਤਰੋ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਦੂਜੀ ਵੀਡੀਓ ਆ ਚੁੱਕੀ ਮਿੱਤਰੋ ਆਹ ਮੈਪ 'ਤੇ, ਅਤੇ ਅੱਜ ਆਪਣੇ ਕੋਲ ਆ 56-20। ਆਪਾਂ ਪਿਛਲੀ ਵੀਡੀਓ ਦੇ ਵਿੱਚ ਮਿੱਤਰੋ ਬਰਾਊਨ ਰਾਈਸ ਆਪਣੇ ਕਹਿੰਦੇ ਪੂਰਾ ਝੋਨਾ ਵੱਢ ਲਿਆ ਸੀ ਮਿੱਤਰੋ, ਸੋ ਇਹਨੂੰ ਵੇਚ ਕੇ ਆਵਾਂਗੇ। ਅਤੇ ਜਿਹੜਾ ਥੰਬਨੇਲ ਦੇ ਵਿੱਚ ਟਰੈਕਟਰ ਦੇਖਿਆ ਉਹ ਆਪਾਂ ਲੈ ਕੇ ਆਵਾਂਗੇ ਮਿੱਤਰੋ, ਅਤੇ ਉਦੋਂ ਬਾਅਦ ਕਹਿੰਦੇ ਹਾਲ ਹੁਲ ਬਾਈ ਤੁਹਾਡੀ ਡਿਮਾਂਡ 'ਤੇ ਲੈ ਕੇ ਆ ਰਹੇ ਹਾਂ। ਤੁਸੀਂ ਕਹਿ ਰਹੇ ਕਮੈਂਟ 'ਚ ਬਾਈ ਗੇਮ 'ਚ ਲੈ ਕੇ ਆਓ, ਲੈ ਕੇ ਆਓ, ਲੈ ਕੇ ਆਓ, ਲੈ ਕੇ ਆਓ। ਸੋ ਤਾਂ ਹਜੇ ਸੋਨਾ ਲੀਕਾ ਦੀ ਡਿਮਾਂਡ ਬਹੁਤ ਆਈ ਹੈ, ਅਤੇ ਅਰਜਨ ਦੀ ਬਾਈ ਕਮੈਂਟਾਂ 'ਚ ਬਾਈ ਤੁਸੀਂ ਨਾ ਉਹ ਚਲਾ ਦਿਓ ਤੁਸੀਂ ਕਿ ਅਰਜਨ ਵਾਲੇ ਇਹਨੂੰ ਲਾਈਕ ਕਰਿਓ, ਸੋਨਾ ਲੀਕਾ ਵਾਲਾ ਆਹ ਕਮੈਂਟ ਨੂੰ ਲਾਈਕ ਕਰੋ, ਫਿਰ ਆਪਾਂ ਦੋਨਾਂ 'ਚੋਂ ਇੱਕ ਲੈ ਕੇ ਆਵਾਂਗੇ, ਫਿਰ ਉਹਦੇ ਨਾਲ ਫਾਰਮਿੰਗ ਕਰਾਂਗੇ। ਸੋ ਉਹ ਆਰਡਰ ਕਰਤਾ ਸੀ ਉੱਥੇ ਬਾਈ ਸ਼ੋਪ 'ਤੇ ਖੜਾ ਵਾ, ਸ਼ੋਪ ਤੋਂ ਲੈ ਕੇ ਆਉਣਾ। ਸ਼ੋਪ 'ਤੇ ਦੋ ਰੂਟਾਵੇਟਰ ਖੜੇ ਆ, ਠੀਕ ਆ ਭਾਈ ਆ, ਸੋਰੀ, ਦੋਨਾਂ 'ਚੋਂ ਇੱਕ ਚੂਜ਼ ਕਰਾਂਗੇ, ਠੀਕ ਆ, ਜਿਹੜਾ ਧਾਕੜ ਜਿਹਾ ਲੱਗਿਆ ਆਪਾਂ ਨੂੰ, ਵੈਸੇ ਤਾਂ ਧਾਕੜ ਜਿਹੜਾ ਲੱਗਣਾ ਤਾਂ ਮੈਨੂੰ ਪਤਾ। ਅਤੇ 56-20 ਆਪਣਾ ਜਮ੍ਹਾਂ ਤਿਆਰ ਬਰ ਤਿਆਰ ਹੈ ਮਿੱਤਰੋ, ਅਤੇ ਇਹਨੂੰ ਆਪਾਂ ਲੈ ਕੇ ਜਾਣਾ ਮੰਡੀ। ਸੋ ਮੰਡੀ ਤੱਕ ਲੈ ਕੇ ਚੱਲਦੇ ਦੇਖਦੇ ਕੀ ਬਣਦਾ, ਅਤੇ ਮਾਰ ਦੇਈਏ ਸੈਲਫ। ਇਹਨਾਂ ਦਾ ਸਵਾਦ ਹੀ ਵੱਖਰਾ ਨਾ, ਜਿਹੜੀ ਸਿਟੀ ਮਾਰਦਾ ਨਾ ਇਹ ਮਿੱਤਰੋ, ਉਹ ਨਜ਼ਾਰਾ ਵੱਖਰਾ ਵਾ ਯਾਰ। ਲਓ ਵੀ ਮਿੱਤਰੋ ਇਹ ਅੱਗਾ ਜਾ ਕੇ ਤੁਰਦਾ ਬਾਈ, ਅੱਗਾ ਜਾ ਕੇ ਤੁਰਦਾ ਏ, ਆਏ ਹਾਏ, ਓਏ 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 ਓਏ, ਹੌਲੀ 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 ਰੇਸ ਦੇਈਏ ਇੱਧਰੋਂ, ਬਚਾ ਕੇ ਜੇ, ਬਚਾ ਕੇ ਜੇ, ਬਚਾ ਕੇ ਜੇ, ਬਚਾ ਕੇ ਜੇ, ਚੱਲ 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 ਚੱਲ, ਆਹ ਦੇਖੋ ਜਦੋਂ ਹੁਣ ਇੱਕਦਮ ਰੇਸ ਦਿੰਦੇ ਉਦੋਂ ਅੱਗਾ ਚੱਕਦਾ। ਝੋਨਾ ਵੀ ਬਾਈ ਵਿੱਚ ਫੁੱਲ ਨਹੀਂ ਗਈ, ਫੁੱਲ ਨਹੀਂ ਗਈ ਟਰਾਲੀ, ਟਰਾਲੀ ਆਪਣੀ 76% ਆ ਵੈਡ ਲਾ ਕੇ, ਫੁੱਲ ਤਾਂ ਖਿੱਚਣੀ ਨਹੀਂ ਬਾਈ ਇਹਨੇ, ਫੁੱਲ ਤਾਂ ਮੂਹਰਲਾ ਫਿਰ ਮੂਹਰੋਂ ਮੂੰਹ ਨਹੀਂ ਥੱਲੇ ਲਾਉਂਦਾ। ਆਏ ਹਾਏ ਕਿਆ ਸਿਟੀ ਮਾਰੀ ਆ ਬਾਈ, ਓ ਹੋ ਹੋ ਹੋ, ਆਵਾਜ਼ ਬਹੁਤ ਜ਼ਿਆਦਾ ਮਿੱਤਰੋ, ਆਵਾਜ਼ ਘਟਾਈਏ ਨਾ ਥੋੜ੍ਹੀ ਜਿਹੀ। ਜਦੋਂ ਮਿੱਤਰੋ ਹੌਲਨ ਚਲਾਉਣਾ ਨਾ ਉਦੋਂ ਫਿਰ ਮੇਰੀ ਆਵਾਜ਼ ਨਹੀਂ ਸੁਣਦੀ, ਮੈਂ ਪਿਛਲੀ ਵੀਡੀਓ ਦੇ ਵਿੱਚ ਚੈੱਕ ਕੀਤਾ ਸੀ। ਓਏ ਫਿਰ ਅੱਗਾ ਚੱਕ ਚੱਲਿਆ ਇਹਨੂੰ, ਥੋੜ੍ਹੀ 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 ਕਰਕੇ ਰੇਸ ਦੇਈਏ ਇਹਨੂੰ, ਆਹਦਾ ਬਾਲਾ ਛੋਟਾ ਟਰੈਕਟਰ ਆ ਮਿੱਤਰੋ, ਸੌਂ ਲੱਗੇ ਬਾਲਾ ਪਸੰਦ ਆਇਆ ਬਾਈ। ਲਓ ਵੀ ਮਿੱਤਰੋ ਕਹਿੰਦੇ ਗੇਟ ਤੋਂ ਤਾਂ ਦੀ ਚੜਾ ਕੇ ਮੋੜਨੀ ਪਊਗੀ ਟਰਾਲੀ, ਰੇਸ ਵੀ ਘੱਟ ਰੱਖੀਏ, ਠੀਕ ਹੈ ਜੀ, ਅਤੇ ਕੈਮਰਾ ਵੀ ਮੈਂ ਕਹਿੰਦਾ ਬਾਹਰ ਦਾ ਹੀ ਕਰ ਦਾਂਗੇ, ਆਈ ਆਉਣ ਦੇ ਗਏ ਹੁਣ, ਮਾੜਾ ਜਿਹਾ ਥੋੜ੍ਹਾ ਦੂਰੋਂ ਜਿਹਾ ਲੱਗਦਾ ਹੋਊਗਾ ਤੁਹਾਨੂੰ। ਅਤੇ ਆਏ ਹਾਏ ਅੱਗਾ ਚੱਕਦਾ ਇੱਕ ਟਰਾਲਾ ਬਾਲਾ ਲੰਮਾ ਮਿੱਤਰੋ, ਹੌਲੀ 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 ਆਉਂਦੇ, ਵੇਟ ਇਹਦਾ ਮਿੱਤਰੋ ਮੂਹਰੋਂ ਲਾਹਤਾ ਮੈਂ, ਮੈਂ ਕਿਹਾ ਕੋਈ ਨਾ ਅਸੀਂ ਜਾਣ ਦੇ, ਵੇਟ ਦਾ ਬਹੁਤ ਘੈਂਟ ਪਾਇਆ ਸੀ, ਉਦੇ ਨਾਲੋਂ ਵੀ ਘੈਂਟ ਪਾਇਆ ਸੀਗਾ, ਇੱਟਾਂ ਵਾਲਾ ਵੇਟ ਪਾਇਆ ਸੀ। ਓਏ 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 ਓਏ, ਵਾਂਹ 'ਚ ਨਹੀਂ ਉਤਰਨ ਦੇਣਾ, ਨਾ 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 ਨਾ, ਲੋ ਲਾਲਾ ਲੋ, ਡਿਫਰੈਂਸਰ ਲੱਗ ਗਿਆ ਬਾਈ, ਇਹ ਚੱਲ ਆਈ ਤੇ ਰੱਖ ਬਾਈ। ਆਏ ਹਾਏ ਜਿਹੜਾ ਮਾਰਦਾ ਨਾ ਛਾਲਾਂ ਬਾਈ, ਆਹ ਕਿਆ ਬਾਤ ਹੀ ਆ ਕੰਮ ਬਾਈ, ਓਏ ਹੋਏ 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 ਬਾਈ, ਅੱਗੇ ਦੇਖੋ ਮਿੱਤਰੋ ਚੱਕਦਾ, ਓਏ ਓਏ ਵਾਹ 'ਚ ਤਾਰਦਾ, ਡਰਾਈਵਰੀ ਬਾਹਲੀ ਤਗੜੀ ਹੋ ਗਈ। ਤੋ ਮਿੱਤਰੋ ਮੈਨੂੰ ਬਾਹਲਾ ਟਾਈਮ ਨਹੀਂ ਹੋਇਆ ਰਿਮੋਟ ਤੋਂ ਖੇਡਦੇ, ਸੋ ਇੱਥੇ ਨਾ ਮੈਨੂੰ ਕੈਮਰਾ ਨਹੀਂ, ਵਿਊ ਨਹੀਂ ਆਇਆ ਸਿਲੈਕਟ ਜਿਹਾ ਕਰਨਾ ਆਉਂਦਾ ਘੈਂਟ ਜਿਹਾ, ਜਿਵੇਂ ਮਾਊਸ 'ਤੇ ਹੁਣ ਤੁਹਾਨੂੰ ਪਤਾ ਅੱਤ ਪੈ ਜਾਂਦੀ ਹੈ। ਸੋ ਇੱਥੇ ਆਏ ਆ ਕਿ ਰੇਸ ਰੂਸ ਘੱਟ ਵੱਧ ਕਰਨੀ ਉਹ ਆਪਾਂ ਕਰ ਸਕਦੇ ਹਾਂ, ਪਰ ਉਹ ਸਵਾਲ ਆਏ ਹੋਏ ਬਾਈ, ਉਹ ਬੱਲੇ ਉਹ ਖਾਲੇ 'ਚ ਨਹੀਂ ਵਾੜਨਾ, ਉਹ ਬੱਲੇ 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 ਟਰਾਲਾ ਉਈ ਮਿੱਤਰੋ, ਆਪਾਂ ਨਾ ਕਦੇ ਉੱਧਰ ਤਾਰ ਦਿੰਦੇ ਹਾਂ ਕਦੇ ਉੱਧਰ, ਗੱਲਾਂ ਬਾਤਾਂ ਦੇ ਵਿੱਚ ਧਿਆਨ ਹੋ ਜਾਂਦਾ, ਪਾਸੇ ਬੈਕ ਕਰ ਮਾੜਾ ਜਿਹਾ, ਬੈਕ ਕਰ ਲਏ, ਬੈਕ ਨਹੀਂ ਜਾਂਦਾ, ਗਾਹ ਨੂੰ ਵੀ ਨਹੀਂ ਜਾਂਦਾ ਪਿਆ, ਬੈਕ ਵੀ ਨਹੀਂ, ਤੁਰ ਪਿਆ ਤੁਰ ਪਿਆ ਤੁਰ ਪਿਆ ਤੁਰ ਪਿਆ ਤੁਰ ਪਿਆ। ਅੱਜ ਤਾਂ ਹੋਲਣ ਦਾ ਮਿੱਤਰੋ ਝੋਟਾ ਟਰੈਕਟਰ ਤੁਹਾਨੂੰ ਪਤਾ ਦਿਖ ਹੀ ਜਾਂਦਾ, ਪਾਵਰ ਤਾਂ ਫੁੱਲ ਹੈ। ਹੁਣ ਮਿੱਤਰੋ ਹੌਲੀ ਹੌਲੀ ਇਹਨੂੰ ਨਾ ਟੇਢਾ ਚੜਾਉਣਾ ਪੈਣਾ ਟਰਾਲੇ ਨੂੰ, ਆਏ ਹਾਏ ਇੱਕ ਤਾਂ ਅੱਗਾ ਚੱਕ ਕੇ ਆਪ ਹੀ ਸਿੱਧਾ ਹੋ ਜਾਂਦਾ ਮਿੱਤਰੋ ਉੱਧਰ ਨੂੰ, ਹਾਏ 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 ਹਾਏ, ਚੜ੍ਹ ਗਿਆ ਚੜ੍ਹ ਗਿਆ, ਉਹ ਤੇਰੀ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਬਾਈ, ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ।
ਚੱਲ 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 ਓਏ ਬਈ ਖਾਲੇ 'ਚ ਸੱਟ ਲਿਆ ਬਈ 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 ਏ ਹੁਣ ਲੋਟ ਆ ਮਿੱਤਰੋ ਕੰਮ ਜਮਾਂ ਆਹ ਕੀਬੋਰਡ ਤੋਂ ਹੀ ਆਉਣ ਹੁਣ ਤੁਹਾਨੂੰ ਮਾਹੌਲ ਦਿਖਾਉਂਦੇ ਹਾਂ ਓ ਵੇ ਜਦੋਂ ਗੇਅਰ ਬਦਲਦਾ ਯਾਰ ਅੱਗਾ ਚੱਕ ਜਾਂਦਾ ਬਾਈ ਯਾਰ ਉਹ ਪਾਸੇ 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 ਬੰਦਾ ਹੀ ਰਗੜਤਾ ਸੀ ਲਓ ਜੀ ਮਿੱਤਰੋ ਉੱਥੋਂ ਤਾਂ ਕੱਢਿਆ ਬਾਈ ਬਹੁਤ ਔਖਾ ਬਾਹਲਾ ਟਾਈਮ ਲੱਗ ਗਿਆ ਸੋ ਉੱਧਰੋਂ ਤਾਂ ਕੱਢ ਲਿਆ ਨੇ ਹੁਣ ਬਾਈ ਆਪਾਂ ਲੈ ਕੇ ਚੱਲ ਗਏ ਮੰਡੀ ਮੰਡੀ ਨਹੀਂ ਲੈ ਕੇ ਜਾਣਾ ਮਤਲਬ ਆਪਾਂ ਮਿੱਲ ਦੇ ਵਿੱਚ ਸਿੱਟਣੇ ਆ ਸਾਰੇ ਇਹ ਸੋ ਮਿੱਲ ਲੈ ਕੇ ਚੱਲ ਗਏ ਅਤੇ ਮਿੱਲ ਨੇੜੇ ਹੀ ਆ ਮਿੱਲ 'ਤੇ ਤਾਂ ਪਹੁੰਚ ਜਾਣਾ ਮਿੱਤਰੋ ਮਿੰਟੋ ਮਿੰਟੀ ਆਵਾਜ਼ ਬਾਹਲੀ ਆਈ ਜਾਂਦੀ ਆ ਹੋਰਨ ਦੀ ਮੜੀ ਮੈਨੂੰ ਵੀ ਘੱਟ ਕਰਨ ਦਿਓ ਬਾਈ ਮੈਨੂੰ ਵੀ ਬੋਲਾ ਕਰ ਦੂਗਾ ਬਾਈ ਸਲੰਤਰ ਨਾਲ ਇਹਦਾ ਚੇਂਜ ਕਰਾਈਏ ਇਹਦੇ ਆਪਾਂ CNH ਵਾਲੀ ਪੈਪ ਲਵਾਈ ਗਏ ਆਹ ਜਾਲੀ ਵਾਲਾ ਰਹਿਣ ਦਿੰਦੇ ਆ ਉਹਦੇ ਨਾਲ ਥੋੜ੍ਹੀ ਤਿੱਖੀ ਹੋ ਜੂ ਆਵਾਜ਼ ਭਾਰੀ ਬਣੀ ਆਈ ਯਾਰ ਇੱਥੋਂ ਵੇਖੋ ਚੜ੍ਹਦਾ ਮਿੱਤਰੋ ਇਹ ਹੁਣ ਐਂ ਚੜ੍ਹਨਾ ਸਹੀ ਬਣੇ ਟੇਢਾ ਟਰਾਲਾ ਇਹ ਓਏ 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 ਬਾਈ ਯਾਰ ਬਾਈ ਅੱਗਾ ਚੱਕ ਜਾਂਦਾ ਫਿਰ ਨਹੀਂ ਕੰਟਰੋਲ ਰਹਿੰਦਾ ਜਦੋਂ ਇੱਕ ਵਾਰੀ ਅੱਗਾ ਚੱਕ ਜੇ ਓਏ ਬਾਈ 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 ਕਾਹ ਤੋਂ ਮਿੱਠਿਆ ਕਾਹ ਤੋਂ ਤੰਗ ਕਰਦਾ ਮਿੱਤਰੋ ਪੰਜਾਂ 'ਤੇ ਯਾਰ ਲਓ ਵੀ ਮਿੱਤਰੋ ਫੁੱਲ ਰੇਸ ਹੀ ਦੇ ਦੀ ਫਿਰ ਇੱਕ ਵਾਰੀ ਕਿਹੜਾ ਪੱਟ ਕੇ ਤੂੰ ਟਰਾਲਾ ਹੀ ਤਾਂ ਚੜ੍ਹਾ ਪਹਿਲਾਂ ਤਾਂ ਬਈ ਜੇ ਟਰਾਲਾ ਤਾਂ ਚੜ੍ਹਦਾ ਫਿਰ ਗਾਂਹ ਟਰੈਕਟਰ ਉੱਧਰ ਡਿੱਗਦਾ ਬਈ ਯਾਰ ਮੈਂ ਕੀ ਕਰਾਂ ਬਾਈ ਕਿੱਧਰ ਜਾਵਾਂ ਬਈ 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 ਬਾਈ ਇੱਕ ਵਾਰੀ ਚੜ੍ਹ ਜਾ ਔਖਾ ਸੌਖਾ ਬਸ ਚੱਲ 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 ਬਈ ਹੁਣ ਵੇਖਿਓ ਜਾਂਦਾ ਫਿਰ ਹੁਣ ਵੇਖਿਓ ਮਿੱਤਰੋ ਜਾਂਦਾ ਹੁਣ ਆਪਾਂ ਜਮਾਂ ਹੀ ਟੇਢਾ ਚੜ੍ਹਾਉਣਾ ਨਾ ਜਮਾਂ ਹੀ ਥੋੜ੍ਹਾ ਥੋੜ੍ਹਾ ਕਰਕੇ ਚੜ੍ਹ ਜਾ ਝੋਟੇ ਹੁਣ ਅੱਗਾ ਨਾ ਚੱਕੀ ਮੇਰਾ ਬਾਈ ਅੱਗਾ ਨਾ ਚੱਕੀ ਰੇਸ ਘਟਾਉਣੀ ਪੈਂਦੀ ਮਿੱਤਰੋ ਕਈ ਵਾਰੀ ਫਿਰ ਐਰ ਤੇਰੀ ਬਣ ਗਿਆ ਡਰਾਈਵਰ ਹੁਣ ਬਣ ਗਏ ਡਰਾਈਵਰ ਮਿੱਤਰੋ ਕਿਉਂ ਚੜ੍ਹਾ ਤਾ ਨਾ ਪਈ ਦੇ ਮਿੰਟੋ ਮਿੰਟੀ ਟਰਾਲਾ ਮਿੱਤਰੋ ਹੈ ਲੋਹੜੀ ਵਾਲਾ ਇਹਦੇ ਜੇ ਹਿੱਸੇ ਦੋ ਹੋਣ ਨਾ ਫਿਰ ਗੱਲਾਂ ਹੋਰ ਹੋਣ ਇਹਦੇ ਹਿੱਸਾ ਇੱਕ ਆ ਉਹਦੇ ਕਰਕੇ ਪਲਟਣ ਦੇ ਚਾਂਸ ਵੀ ਵੱਧਦਾ ਠੀਕ ਆ ਪਲਟ ਵੀ ਸਕਦਾ ਪਲਟ ਕਹਿੰਦਾ ਮਿੱਤਰੋ ਤੁਹਾਨੂੰ ਪਤਾ ਕਿੰਨੀ ਮਿਹਨਤ ਜਾਊਗੀ ਆਪਣੀ ਮਿੰਟੋ ਮਿੰਟੀ ਇਹ ਜੇ ਹਲੇ ਡੁੱਲ ਗਿਆ ਬਾਅਦ 'ਚ ਚੱਕਿਆ ਨਹੀਂ ਜਾਂਦਾ ਗੇਮ 'ਚ ਰੀਅਲ 'ਚ ਤਾਂ ਫਿਰ ਵੀ ਚੱਕਿਆ ਜਾਂਦਾ ਇਹ 'ਚ ਨਹੀਂ ਚੱਕਿਆ ਜਾਂਦਾ ਲਓ ਵੀ ਮਿੱਤਰੋ ਜਿੱਥੇ ਕਹਿੰਦੇ ਹਰਾ ਹਰਾ ਜਿਹਾ ਦਿੰਦਾ ਉਹ ਮਿੱਲ 'ਚ ਜਾਣਾ ਆਪਾਂ ਅਤੇ ਉੱਥੇ ਟਰਾਲਾ ਵਿਹਲਾ ਕਰਕੇ ਆਉਣਾ ਵਾ ਅਤੇ ਲੈ ਬਈ ਮਿੱਤਰਾ ਕਹਿੰਦੇ ਪਹੁੰਚ ਗਏ ਬਸ ਆਲਮੋਸਟ ਆਹ ਦੇਖੋ ਆ ਬੜਾ ਅੰਦਰ ਦੀ ਮੋੜ ਲਿਆ ਸੀ ਓਏ ਹੁਣ ਅੱਗਾ ਨਹੀਂ ਨਾ ਜਗਦਾ ਪਿਆ ਹੁਣ ਆਰਾਮ ਨਾਲ ਤੁਰਿਆ ਜਾਂਦਾ ਜਦੋਂ ਕਿਤੇ ਮਾੜੀ ਮਤਲਬ ਉਹ ਲੱਗਦੀ ਹੈ ਇਹਨੂੰ ਡੋਕ ਜੀ ਕੀ ਕਹਿੰਦੇ ਹੁੰਦੇ ਆ ਜਿੱਥੋਂ ਮਤਲਬ ਮਾੜਾ ਜਿਹਾ ਉਡਾ ਜਿਹਾ ਲੱਗ ਜਾਂਦਾ ਮਿੱਤਰੋ ਸੋ ਉੱਥੇ ਹੀ ਖੜ੍ਹ ਜਾਂਦਾ ਕੰਮ ਇੱਥੋਂ ਆਪਾਂ ਨੂੰ ਵਾਹਣੋ ਵਾਹਣੀ ਪਾਉਣਾ ਪੈਣਾ ਪਰਲੀ ਪਈ ਲੈ ਕੇ ਜਾਣਾ ਸੀ ਉੱਧਰ ਤਾਂ ਦੀ ਆਉਣੀ ਸੀ ਉੱਥੇ ਹੀ ਹੋ ਗਿਆ ਖੜਾ ਗਲਤ ਆ ਜਾਂਦਾ ਇੱਕ ਤਾਂ ਹਰ ਵਾਰੀ ਫਸੂ ਬਾਰਾਂ ਵਜੇ ਦੀ ਪਾਉਣਾ ਪੈ ਗਿਆ ਮਿੱਤਰੋ ਪਈ ਥੋੜ੍ਹੀ ਗਲਤ ਪੈ ਗਈ ਮੈਨੂੰ ਹਜੇ ਪਤਾ ਨਹੀਂ ਗਾ ਨਵਾਂ ਮੈਪ ਆ ਮਿੱਤਰੋ ਨਵਾਂ ਸ਼ਹਿਰ ਕਹਿੰਦੇ ਕਿਆ ਬਾਤ ਆਈ ਇੱਥੋਂ ਤਾਂ ਚੜ੍ਹ ਜੂ ਇੱਥੋਂ ਤਾਂ ਸਿੱਧਾ ਹੀ ਚੜ੍ਹਾਊ ਇੱਥੋਂ ਤਾਂ ਸਿੱਧਾ ਹੀ ਚੜ੍ਹਾਊ ਚੱਲ ਝੋਟਿਆ ਬੱਲੇ 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 ਮਾੜੀ ਮੋਟੀ ਗੱਲ ਥੋੜ੍ਹੋ ਆਉਣ ਥੱਲੇ ਲਾਲ ਗਏ ਇਹਨੂੰ ਉਦੋਂ ਪਹਿਲਾਂ ਖਾਲੇ 'ਚ ਜਾਵੇ ਯਾਰ ਅੱਗਾ ਚੱਕ ਕੇ ਮਤਲਬ ਕੰਟਰੋਲ ਹੋਣਾ ਚਾਹੀਦਾ ਇੱਕ ਵਾਰੀ ਕੰਟਰੋਲ ਹੋਣਾ ਆ ਗਿਆ ਨਾ ਮਤਲਬ ਗੇਮ ਦੇ ਵਿੱਚ ਆਪਸ਼ਨ ਆ ਗਿਆ ਕਿ ਇਹ ਲੈਫਟ ਬ੍ਰੇਕ ਰਾਈਟ ਬ੍ਰੇਕ ਵਾਲਾ ਸੋ ਫਿਰ ਸਿਰਾ ਹੋ ਜੂਗਾ ਉਹ ਆਪਸ਼ਨ ਹੈ ਨਹੀਂ ਜੇ ਉਹ ਹੋਵੇ ਤਾਂ ਫਿਰ ਤਾਂ ਆਪਾਂ ਟਰੈਕਟਰ ਜਿਵੇਂ ਮਰਜ਼ੀ ਮੂੜੀ ਕਰੀ ਜਾਈਏ ਜਿੱਥੋਂ ਮਰਜ਼ੀ ਸੋ ਬਸ ਉਹ ਆਪਸ਼ਨ ਹੈ ਨਹੀਂ ਗਾ ਚੀਕਾ ਮਾਰਦਾ ਹੋਲੈਂਡ ਤੇਰਾ ਬੀਪੀ ਘੱਟਦਾ ਉਹ ਗੱਲ ਹੋਈ ਪਈ ਆ ਮਿੱਤਰੋ ਚੀਕਾਂ ਦਾ ਫੁੱਲ ਮਾਰਦਾ ਆਹ ਦੇਖੋ ਰੇਤ ਛੱਡਦੇ ਸਾਰ ਹੀ ਮਾਰਦਾ ਪਰ ਬਾਅਦ 'ਚੋਂ ਅੱਗਾ ਚੱਕ ਜੂ ਫਿਰ ਤੁਹਾਨੂੰ ਪਤਾ ਫਿਰ ਔਖਾ ਕਰੂਗਾ ਹੁਣ ਤਾਂ ਕਿਹੜਾ ਲੈ ਚੱਲ ਗਏ ਹੁਣ ਤਾਂ ਮਿੱਲ 'ਤੇ ਹੀ ਜਾ ਕੇ ਰੁਕਾਂਗੇ ਮਿੱਤਰੋ ਆਹ ਦੇਖੋ ਉਹ ਉਧਰੋਂ ਮੁੜਨਾ ਸੀ ਆਪਾਂ ਐਵੇਂ ਉਦੋਂ ਵਾਹਣ ਵਜੇ ਦੀ ਪਾਇਆ ਇੱਧਰ ਦੀ
ਤੇ ਉਹ ਆ ਗਈ ਸਾਹਮਣੇ ਨੇੜੇ ਹੀ ਆ, ਤੇ ਫਿਰ ਵੀ ਪਈਆਂ ਦੇ ਉੱਤੋਂ ਦੀ ਵਲ ਵਲ ਕੇ ਜਾਣਾ ਪੈਂਦਾ ਵਾ, ਦੂਰ ਹੋ ਗਿਆ, ਸ਼ਹਿਰ ਦੇ ਨੇੜੇ ਆ ਗਏ, ਸ਼ਹਿਰ 'ਚ ਔਖਾ ਹੋਊਗਾ, ਟਰਾਲਾ ਬਾਹਲਾ ਲੰਮਾ ਆਪਣਾ, ਚੱਕਰ ਪੈ ਜਾਣਾ ਚਾਚਾ ਜੀ। ਲਓ ਜੀ ਮਿੱਤਰੋ, ਥੋੜ੍ਹਾ ਜਿਹਾ ਗਲਤ ਫੇਰ ਮੋੜਤਾ ਆਪਾਂ, ਥੋੜ੍ਹਾ ਜਿਹਾ ਗਲਤ ਫੇਰ ਮੋੜਤਾ। ਹੌਲੀ 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 ਥੋੜ੍ਹਾ ਜਿਹਾ ਸ਼ਹਿਰ ਬਈ ਦੀ ਜਾਣਾ ਪੈਣਾ ਮਿੱਤਰੋ, ਕਿਉਂਕਿ ਇੱਧਰ ਦੀ ਤਾਂ ਭਾਈ ਬੰਦ ਹੁੰਦੀ ਹੈਗਾ। ਉਹ ਬਾਈ ਲਾਲਾ ਪੈਰ ਥੱਲੇ, ਇੱਕ ਤਾਂ ਮੈਨੂੰ ਉਦੋਂ ਹੀ ਰੇਸ ਤੋਂ ਪੈਰ ਚੱਕਣਾ ਪੈਂਦਾ ਜਦੋਂ ਅੱਗਾ ਜਾਗਦਾ ਵਾ, ਕੀ ਕਰੀਏ ਬਾਈ ਕੀ ਕਰੀਏ। ਆਏ ਹਾਏ ਤੇਰੀ ਸਿਟੀ, ਓ ਹੋ ਹੋ ਹੋ, ਇੱਥੋਂ ਮਿੱਤਰੋ ਵਾਲਾ ਬਾਈ ਇੰਨਾ ਨਾ ਤਾਂ ਜਗਾ ਨਾ ਜੂ ਆਣਾ ਕੁਛ ਹੋਰ ਆ। ਹੌਲੀ 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 ਹੌਲੀ, ਓਏ ਯਾਰ ਬਾਈ ਯਾਰ, ਅੱਗਾ ਬਾਹਲਾ ਚੱਕਦਾ, ਇੱਥੇ ਸੜਕ ਪੱਟਾਂ ਗਿਆ ਆਪਦੇ ਸ਼ਹਿਰ ਦੀ ਸੜਕ, ਥੋੜ੍ਹਾ ਨਵੇਂ ਦੀ ਪੱਟਣੀ ਆ। ਹੌਲੀ ਹੌਲੀ ਚੱਲ ਮੇਰਾ ਬਾਈ, ਇੱਥੋਂ ਫੇਰ ਆਉਣਾ ਪੈ ਗਿਆ ਰਿਮੋਟ 'ਤੇ। ਚੱਲ 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 ਚੱਲ, ਆ ਤੇਰੀ ਹੁਣ ਭਾਵੇਂ ਮੇਰੇ ਵੱਲੋਂ ਮੂੰਹ ਰੱਬ ਨੂੰ ਹੀ ਕਰ ਲਾ ਕਿ ਨਹੀਂ, ਹਜੇ ਹੋਰ ਦੋ ਤਿੰਨ ਮੋੜ ਮੋੜਨੇ ਆ। ਇਹ ਸਾਈਨ ਬੋਰਡ ਜੇ 'ਚ ਫਸੂ ਫਸੂ, ਬਚ ਗਏ, ਫਸਿਆ ਨਹੀਂ, ਪਤਾ ਨਹੀਂ ਕੀ ਮਤਲਬ, ਬਚ ਕੇ ਜੇ ਲੰਘਿਆ ਆ ਇਹ। ਮਿੱਤਰੋ ਟਰਾਲਾ ਦਾ ਗੇਅਰ ਦੂਜੇ 'ਚ ਹੀ ਆਇਆ, ਤੀਜਾ ਪਾਇਆ, ਹੁਣ ਦੇਖ ਲਓ ਮੈਂ ਤੀਜੇ 'ਚ ਮਰ ਗਿਆ ਜਾਵਾਂ, ਫਿਰ ਦੂਜਾ ਪਾਇਆ। ਲਓ ਵੀ ਮਿੱਤਰੋ ਦੂਜੇ 'ਚ ਜਾਂਦਾ ਵੇਖੋ, ਤੀਜਾ ਪਾਉਣ ਦੀ ਕੋਸ਼ਿਸ਼ ਕਰਦੇ ਆ। ਸਾਹਮਣੇ ਬਰਗਰ ਲੈ ਕੇ ਭੁੱਖ ਲੱਗੇ ਮਿੱਤਰੋ, ਰਾਤ ਦੇ 2 ਵਜੇ ਪਏ ਆ, ਅਤੇ ਅੱਜ ਤਾਂ ਰੋਟੀ ਵੀ ਇੱਕ ਹੀ ਖਾਧੀ ਆ। ਅਤੇ ਚੱਲ ਤੀਜਾ, ਚੱਲ 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 ਚੱਲ, ਫੁੱਲ ਜ਼ੋਰ ਲੱਗ ਗਿਆ ਬਾਈ। ਨਹੀਂ, ਚੜ੍ਹਾਈ ਵੀ ਆ ਨਾ ਬਾਈ, ਬਾਕੀ ਇੱਥੇ ਤਾਂ ਤੀਜਾ ਪੈਣਾ ਹੀ ਨਹੀਂ, ਸਿੱਧੇ ਹੀ ਸੜਕ 'ਤੇ ਵੀ ਤੀਜਾ ਚੌਥਾ ਗੇਅਰ ਨਹੀਂ ਪੈਂਦਾ ਬਾਈ। ਤੁਸੀਂ ਦੇਖਿਆ ਹੋਊਗਾ ਵੀਡੀਓ ਦੇ ਵਿੱਚ, ਦੇਖਿਓ ਥੱਲੜਲੇ ਪਾਸੇ ਸੱਜੇ ਪਾਸੇ ਆਉਂਦਾ ਪਿਆ ਵਾ ਗੇਅਰ, ਹਾਈ ਲੋ 'ਤੇ ਕਿਹੜਾ ਪਾਇਆ ਵਾ। ਆ ਮਿੱਤਰੋ ਢਲਾਣ ਆ, ਠੀਕ ਆ, ਅਤੇ ਢਲਾਣ 'ਤੇ ਤੀਜਾ ਗੇਅਰ ਫੜਿਆ ਇਹਨੇ ਮੜਾ ਜਿਹਾ, ਅਤੇ ਤੀਜੇ ਗੇਅਰ 'ਚ ਹੁਣ ਆਵਾਜ਼ ਸੁਣੋ ਬਾਈ, ਆ ਪਾਦਾ ਚੌਥਾ, ਇੱਥੇ ਹੁੰਦੀ ਹੈ। ਕਿਆ ਬਾਤ ਆ ਬਾਈ, ਕਿਆ ਬਾਤ ਆ, ਬੜਾ ਬਾਈ ਘੈਂਟ ਟਰੈਕਟਰ, ਬਹੁਤ ਘੈਂਟ ਆ ਮਿੱਤਰੋ ਇਹ। ਮਹਿਲ ਦੇ ਵਿੱਚ, ਤੇ ਇੱਥੇ ਕਹਿੰਦੇ ਟਰਾਲਾ ਜਮਾ ਖਾਲੀ ਕਰਨਾ, ਬਰਾਊਨ ਰਾਈਸ ਹੈ ਨਾ ਫਿਰ ਮਿੱਤਰੋ, ਨਹੀਂ ਮੰਡੀ 'ਚ ਸਿੱਟ ਕੇ ਆਉਣਾ ਜੀ ਦੂਜਾ ਝੋਨਾ ਹੁੰਦਾ। ਓਏ 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 ਓਏ, ਆ ਕੀ ਹੋ ਗਿਆ, ਆ ਕੀ ਹੋ ਗਿਆ, ਆ ਕੀ ਹੋ ਗਿਆ ਮੇਰਾ ਬਾਈ, ਹੈ ਮਹਿਲ ਵਾਲਿਆਂ ਤੋਂ ਪੈਸੇ ਵੀ ਲੈਣੇ ਆਪਾਂ, ਭਰਨ ਕੇ ਨਹੀਂ ਜਾਣੀ ਉਹਨਾਂ ਦੀ। ਓਏ ਹੋਏ ਹੋਏ ਹੋਏ, ਇੱਥੋਂ ਬਚਾ ਬਚਾ ਕੇ ਚੜ੍ਹਾਉਣਾ ਪੈਣਾ, ਇੱਥੋਂ ਹੀ ਆ ਜਾ ਫਿਰ ਰਿਮੋਟ ਤੋਂ ਹੈਪੀ ਆ। ਇੱਥੇ ਤਾਂ ਮਿੱਤਰੋ ਇੱਥੇ ਵੀ ਜਾਗਦਾ ਪਿਆ, ਲਓ ਵੀ ਮਿੱਤਰੋ ਕਰ ਦਈਏ ਟਰਾਲਾ ਖਾਲੀ। ਆਪਣੇ ਕੋਲ ਆ 2,46,533 ਯੂਰੋ, ਦੇਖਦੇ ਆ ਕਿੰਨੇ ਵੱਟਦੇ ਆ ਬਾਈ, 76% ਸੀਗਾ ਇਹ, ਵੱਟੇ ਜਾਣਗੇ ਪੈਸੇ ਤਾਂ ਵੱਟੇ ਜਾਣ ਬਾਬਾ, ਚੰਗੇ ਵੱਟੇ ਜਾਣ, ਇੱਥੇ ਹੀ ਕੰਡਾ ਹੋ ਗਏ ਨਾਲ ਦੀ ਨਾਲ ਰੁਪਈਏ ਮਿੱਤਰੋ। ਸੋ ਮਿੱਤਰੋ ਆਪਾਂ ਨੂੰ ਮਿਲਿਆ $34,000, $34,400 ਪੂਰਾ ਹਾਰਵੈਸਟ ਦਾ। ਸੋ ਕਿਆ ਬਾਤ ਹੈ ਬਾਈ, ਤਾੜੀਆਂ ਕਹਿੰਦੇ ਤਾੜੀਆਂ ਹੋ ਜਾਣ ਮਿੱਤਰੋ, ਪੈਸੇ ਪਹਿਲੀ ਇਨਕਮ ਆ ਗਈ ਆਪਣੀ। ਹੁਣ ਆਪਾਂ ਇੱਥੋਂ ਇਹ ਟਰੈਕਟਰ ਖੜਾ ਦਈਏ ਕਿ ਇੱਥੋਂ ਲੈ ਜਾਈਏ, ਤੋ ਇੱਥੋਂ ਟਰੈਕਟਰ ਮਿੱਤਰੋ ਫੇਰ ਲੈ ਜੂੰਗਾ, ਵੀਡੀਓ ਨਹੀਂ ਲੰਬੀ ਹੋ ਜੂਗੀ। ਅਤੇ ਹੁਣ ਚੱਲਦੇ ਹਾਂ ਸਿੱਧਾ ਜਾਂਸੀ, ਅਤੇ ਜਾਂਸੀ ਜਾ ਕੇ ਤੁਹਾਨੂੰ ਦਿਖਾਉਂਦਾ ਜਿਹੜਾ ਟਰੈਕਟਰ ਆਇਆ ਹੈ ਅਤੇ ਉਹਦੇ ਨਾਲ ਕਿਹੜਾ ਸੰਦ ਆਇਆ। ਸੋ ਮਿੱਤਰੋ ਟਰੈਕਟਰ ਨਾਲੋਂ ਪਹਿਲਾਂ ਤੁਹਾਨੂੰ ਮੈਂ ਰੂਟਾਵੇਟਰ ਦਿਖਾਉਂਦਾ ਬਈ, ਆਹ ਇਹ 6 ਫੁੱਟਾ ਰੂਟਾਵੇਟਰ, ਠੀਕ ਹੈ, ਅਤੇ ਟਰੈਕਟਰ ਦੇ ਟਾਇਰਾਂ ਦੇ ਪਿਛਲਿਆਂ ਦੇ ਵਿੱਚ ਰਹਿੰਦਾ, ਮਾੜਾ ਚੈੱਕ ਕਰੋ ਗਾਈਸ।
ਠੀਕ ਹੈ ਜੀ, ਦੇਖ ਲਿਆ ਅਤੇ ਆਹ ਰੂਟਾਵੇਟਰ ਲਿਆ ਜਿਹੜਾ ਆਪਾਂ ਚਲਾਉਣ ਨੂੰ, ਕਿ ਬਈ ਇਹ ਸਾਰੇ ਟਰੈਕਟਰਾਂ ਮਗਰ ਪਾਇਆ ਕਰਾਂਗੇ। ਇਹ ਫੋਲਡ ਹੁੰਦਾ ਪ੍ਰੋਪਰ ਤਰੀਕੇ ਨਾਲ, ਇਹ ਐਂ ਹੋ ਜਾਂਦਾ ਵਾ, ਠੀਕ ਹੈ, ਜਿਵੇਂ ਆਪਣੇ ਜਿਵੇਂ ਆਏ ਹੁੰਦਾ ਨਾ ਰੂਟਾਵੇਟਰ, ਠੀਕ ਹੈ, ਲੰਮਾ, ਇਹ ਇਕੱਠਾ ਹੋ ਜਾਂਦਾ ਐਂ। ਲਓ ਵੀ ਮਤਲਬ ਹੁਣ ਤੁਹਾਨੂੰ ਦਿਖਾ ਦਈਏ ਟਰੈਕਟਰ, ਦੇਖ ਲਓ ਬਈ ਸਵਰਾਜ 744 ਫੋਰ ਸਟਾਰ ਪਾਵਰ ਸਟੇਅਰਿੰਗ, ਛਤਰੀ, ਜਮਪਰ, ਸਲੰਸਰ, ਸਾਰਾ ਕੁਛ ਹੀ ਲੱਗਾ ਕਹਿੰਦੇ ਮੇਰੇ ਵੀਰੋ। ਬੰਪਰ ਲੰਮਾ, ਛਤਰੀ ਹੁੱਡ ਵਾਲੀ, ਅਤੇ ਟਾਇਰ ਟੂਰ ਵੱਡੇ ਪਾਏ ਹੋਏ ਆ, ਅਤੇ ਪਾਵਰ ਪੂਵਰ ਦੇਖਾਂਗੇ ਇਹਦੀ ਕਿੰਨੀ ਕੁ ਹੈ, ਠੀਕ ਹੈ ਜੀ। ਚਲਾ ਕੇ ਮੈਂ ਜਮਾਂ ਨਹੀਂ ਦੇਖਿਆ ਬਾਈ, ਹੁਣੇ ਬਾਏ ਕੀਤਾ, ਠੀਕ ਆ, ਡਾਇਰੈਕਟਲੀ ਇੱਥੇ ਆਇਆ ਪਿਆ ਸੀ, ਅਤੇ ਡੈਵਲ ਗਰੁੱਪ ਆਪਣਾ ਬਾਈ ਧਾਲੀਵਾਲ ਬਣਾ ਕੇ ਦਿੰਦਾ ਹੁੰਦਾ ਆਪਾਂ ਨੂੰ, ਅਤੇ ਬਾਈ ਵੀਡੀਓ ਵੀ ਪਾਉਂਦਾ ਹੁੰਦਾ ਆਪਣੇ ਨਾਲ ਦੀਆਂ, ਜਾ ਕੇ ਚੈੱਕਆਊਟ ਜ਼ਰੂਰ ਕਰਿਓ। ਹੁਣ ਦੇਖੋ ਤੁਸੀਂ, ਹੁਣ ਤੁਹਾਨੂੰ ਮੈਂ ਰੂਟਾਵੇਟਰ ਦਿਖਾਉਂਦਾ ਬਾਈ, ਆਹ ਲੱਗਦਾ ਨਾ ਨੋਰਮਲ ਜਿਵੇਂ ਆਪਣੇ ਹੁੰਦੇ ਆ 6 ਫੁੱਟੇ, ਅਤੇ ਇੱਧਰ ਦੇਖੋ ਫਿਰ, ਇੱਧਰ ਦੇਖੋ, ਮੈਨੂੰ ਤਾਂ ਐਂ ਲੱਗਦਾ ਬਾਈ 44 ਨੇ ਚੱਕਿਆ ਜਾਣਾ, ਇਹਦੇ ਮਗਰ ਤਾਂ ਜਾਣਾ ਨਹੀਂ, ਵੱਡਾ ਟਰੈਕਟਰ ਲਿਆਉਣਾ ਪੈਣਾ, ਫਿਰ ਵੀ ਆਪਾਂ ਟਰਾਈ ਮਾਰ ਲੈਂਦੇ ਹਾਂ। ਇਹ ਲਓ ਵੀ ਮਿੱਤਰੋ, ਉੱਤਰੀ ਚੱਕ ਗਿਆ, ਇਹ ਚੱਕ ਗਿਆ, ਫੁੱਲ ਰੇਸ ਦੇ ਦੀ ਮਿੱਤਰੋ, ਅੱਗਾ ਵੀ ਨਹੀਂ ਚੱਕਿਆ, ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਫਿਰ ਤਾਂ ਜਮਾਂ ਹੀ ਸੈੱਟ ਆ ਕੰਮ, ਓਕੇ ਹੈ ਬਾਈ, ਇਹਨੂੰ ਫੋਲਡ ਕਰਕੇ ਦਿਖਾਉਂਦਾ ਗਾਈ ਤੁਹਾਨੂੰ। ਲਓ ਵੀ ਮਿੱਤਰੋ, ਫੋਲਡ ਜਦੋਂ ਹੋ ਗਿਆ, ਉਦੋਂ ਬਾਅਦ ਅੱਗੇ ਜੇ ਚੱਕਣ ਲੱਗ ਗਿਆ, ਅਤੇ ਆਵਾਜ਼ ਦੱਸਿਓ ਮਿੱਤਰੋ ਟਰੈਕਟਰ ਦੀ ਕਿਵੇਂ ਲੱਗਦੀ ਆ, ਆਏ ਹਾਏ, ਆਵਾਜ਼ ਤਾਂ ਪੂਰੀ ਘੰਟ ਬਾਈ, ਆਵਾਜ਼ ਤਾਂ ਮੈਂ ਕਹਿੰਦਾ ਸਿਰਾ ਹੀ ਕਿਰਾਏ ਪਏ ਨਾ, ਸਪੈਸ਼ਲੀ ਰਿਕਾਰਡ ਕਰਕੇ ਬੰਦਿਆਂ ਨੇ ਪਾਈ ਹੈ ਟਰੈਕਟਰਾਂ ਦੀ, ਕਿਆ ਬਾਤ ਬਾਈ, ਕਿਆ ਬਾਤ, ਸੁਣੀ ਲੱਗਦੀ ਪਈ ਆਵਾਜ਼ ਮਿੱਤਰੋ, ਇਹਨੂੰ ਲੈ ਕੇ ਚੱਲੀਏ ਘਰ ਨੂੰ, ਇੱਧਰੋਂ ਪਈਓ ਪਈ ਜਾਂਦੇ ਆ ਆਪਾਂ ਯਾਰ, ਸੜਕਾਂ ਨੂੰ ਮਾਰੋ ਗੋਲੀ, ਹੁਣ ਅੱਗਾ ਚੱਕਦਾ ਥੋੜ੍ਹਾ ਥੋੜ੍ਹਾ, ਦੇਖੋ ਜੰਪ ਜਿਹਾ ਦਿੰਦਾ, ਮਤਲਬ ਉਹ ਜੀ ਥਾਂ 'ਤੇ ਉਖਲੀ ਆਖਲੀ ਦੇ ਵਿੱਚ ਜੰਪ ਜਿਹਾ ਦਿੰਦਾ, ਜਦੋਂ ਝਟਕਾ ਜਿਹਾ ਵੱਜਦਾ ਨਾ ਉਦੋਂ ਟਰੈਕਟਰ ਅੱਗਾ ਚੱਕਦਾ, ਇਹ ਉਹ ਵੇ, ਕਿਆ ਬਾਤ ਹੈ ਬਾਈ, ਇੱਧਰੋਂ ਵਾਣੋ ਵਾਣੀ ਕਰ ਲਈਏ ਬਾਈ, ਇਹ ਬੱਲੇ 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 ਬੱਲੇ, ਕਿਆ ਬਾਤ ਹੈ ਬਾਈ, ਸਿਰਾ ਸਿਰਾ ਸਿਰਾ। ਲਓ ਵੀ ਮਿੱਤਰੋ, ਪਹੁੰਚ ਗਏ ਖੇਤ, ਇਹਨੂੰ ਕਰ ਗਏ ਅਨਫੋਲਡ, ਅਤੇ ਲਾਇਆ ਬਾਈ ਮਿੱਤਰਾਂ, ਕਹਿੰਦੇ ਪੀਡੀਓ ਵਾਲਾ ਹੀ, ਮੈਂ ਕਹਿੰਦਾ ਕਰਾਸ ਕਰੂਸ ਪਾ ਲਈਏ, ਅਤੇ ਵੇਖਦੇ ਹਾਂ ਚਲਾ ਕੇ ਪਹਿਲਾਂ ਤਾਂ 44 ਕੀ ਕਹਿੰਦਾ ਵਾ, ਖਿੱਚਦਾ ਕਿ ਨਹੀਂ ਇਹਨੂੰ, ਮੈਨੂੰ ਤਾਂ ਲੱਗਦਾ ਬਾਈ ਆਪਣਾ ਵੱਡਾ ਸਿਰਫ ਜੌਂਡੀਅਰ ਖਿੱਚੂਗਾ ਇਹਨੂੰ, ਅਤੇ ਆਹ ਟਰੈਕਟਰਾਂ ਦੀ ਉਮੀਦ ਜੀ ਹੈ ਨਹੀਂ ਮੈਨੂੰ, ਅਤੇ ਮਾਰ ਦਈਏ ਸਿਰਫ, ਲੈਟਸ ਗੋ, ਕਿਆ ਬਾਤ ਹੈ ਮਿੱਤਰੋ, ਕਿਆ ਬਾਤ ਹੈ, ਤੁਰ ਪਿਆ ਤੁਰ ਪਿਆ ਤੁਰ ਪਿਆ ਤੁਰ ਪਿਆ ਤੁਰ ਪਿਆ, ਕਮਾਲੀ ਹੋਊਗੀ ਬਈ, ਆਹਦਾ ਕਮਾਲੀ ਹੋਊਗੀ, ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਰੂਟਾਵੇਟਰ ਘੱਟੋ ਘੱਟ 12 ਫੁੱਟਾਂ ਦਾ ਲੱਗਦਾ ਬਾਈ ਮੈਨੂੰ, ਕਿਉਂਕਿ 6 ਫੁੱਟ ਟਰੈਕਟਰ ਹੁੰਦਾ, ਉਦੋਂ ਬਾਅਦ 3-3 ਫੁੱਟ ਬਾਹਰ ਨੂੰ ਆ ਬਾਈ, 12 ਫੁੱਟਾਂ ਰੂਟਾਵੇਟਰ, 744 ਮਗਰ ਬਾਈ, ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਕਿਆ ਬਾਤ ਹੈ, ਇਹ ਮੋੜ 'ਤੇ ਵੀ ਪਾਵਰਫੁੱਲ ਦਿਖਾਉਂਦਾ, ਬਾਅਦ ਜ਼ਰੂਰ ਦਬੀ ਦਬੀ ਜਿਹੀ ਲੱਗਦੀ ਹੈ, ਮਤਲਬ ਜਿਹੜੀ ਬਾਜਮੀ ਜਿਹੀ ਰੇਸ ਨਹੀਂ ਆਉਂਦੀ, ਅਤੇ ਕੋਈ ਹੋਰ ਟਰੈਕਟਰ ਵੀ ਟਰਾਈ ਕਰਦੇ 855 ਦਾ, ਫਿਰ ਖਿੱਚੂਗਾ ਹੀ ਖਿੱਚੂਗਾ, ਜੇ ਇਹ ਖਿੱਚੀ ਜਾਂਦਾ ਤਾਂ ਖਿੱਚੂਗਾ ਹੀ ਖਿੱਚੂਗਾ, ਹੋਲੈਂਡ ਵੀ ਲੈ ਕੇ ਆਉਂਦਾ ਮੈਂ ਸਪੈਸ਼ਲੀ ਮਿੰਟੋ ਮਿੰਟੀ, ਅਤੇ ਉਹ ਵੀ ਟਰਾਈ ਕਰਦੇ ਆ। ਲਓ ਵੀ ਮਿੱਤਰੋ, ਇਹਨੂੰ ਕਰ ਦਈਏ ਚਾਲੂ, ਆਹ ਦੇਖੋ ਬਾਈ, ਉਹ ਤੇਰੀ ਬਾਈ, ਕਿਆ ਆਵਾਜ਼ ਬਾਈ, ਕਿਆ ਆਵਾਜ਼ ਬਾਈ, ਕਿਆ ਆਵਾਜ਼, ਸਿਰਾ ਸਿਰਾ, ਇੱਥੇ ਰੱਖ ਭੱਜ ਲਿਆ ਬਾਈ, ਥੋੜ੍ਹਾ ਜਿਹਾ ਟਰੈਕਟਰ ਨੂੰ ਮਿੱਤਰੋ ਰੂਟਾਵੇਟਰ ਵੀ ਧੱਕਦਾ ਹੁੰਦਾ, ਜਦੋਂ ਉਹ ਗੋਲ ਗੋਲ ਘੁੰਮਦਾ ਨਾ, ਸੋ ਗਾਂਹ ਨੂੰ ਵੀ ਟਰੈਕਟਰ ਨੂੰ ਧੱਕਦਾ, ਅਤੇ ਬਾਈ ਆਹ ਭੱਜਦਾ ਦੇਖੋ ਬਾਈ ਟਰੈਕਟਰ, ਇਹ ਸਾਰੇ ਕੰਮ ਹੀ ਦੂਜੇ ਗੇਅਰ 'ਚ ਕਰਦਾ, ਉਹ ਕਿਸੇ ਦਾ ਕੋਈ ਛੋਟਾ ਵੱਡਾ ਗੇਅਰ ਕਹਿ ਦੇ, ਸਾਰੇ ਕੰਮ ਹੀ ਦੂਜੇ 'ਚ, ਹਲ ਵੀ ਦੂਜੇ 'ਚ, ਟਰਾਲਾ ਵੀ ਦੂਜੇ 'ਚ, ਤੀਜਾ ਨਹੀਂ ਚੱਲਦਾ ਬਾਈ ਇਹਦਾ, ਤੀਜਾ ਚੌਥਾ ਅੜਦਾ ਹੈ ਬਾਈ, ਇਹ ਮੋੜ 'ਤੇ ਬਾਹਲਾ ਰੁਕ ਜਾ ਗਿਆ, ਪੱਥਰ ਸੀਗੇ ਆਹ ਦੇਖੋ ਮਿੱਤਰ, ਥੱਲੇ ਪੱਥਰ ਸੀਗੇ, ਪੱਥਰਾਂ 'ਤੇ ਥੋੜ੍ਹਾ ਜਿਹਾ ਔਖਾ ਹੁੰਦਾ ਇਹ, ਧੂਏ ਦੀ ਲਸਰ ਵੇਖੋ ਮਿੱਤਰੋ ਲਾਉਂਦਾ, ਕਿਆ ਬਾਤ ਹੈ ਬਾਈ, ਕਿਆ ਬਾਤ ਹੈ ਬਾਈ, ਆਵਾਜ਼ ਹੀ ਵੱਖਰੀ ਬਣਦੀ ਹੈ ਬਾਈ ਇੱਥੇ ਤਾਂ ਬਾਈ, ਇਹਨੂੰ ਕੱਢ ਗਏ ਟਰੈਕਟਰ ਤੋਂ ਬਾਈ, ਕੱਢ ਗਏ, ਆਹ ਵੀ ਮਿੱਤਰੋ ਘੈਂਟ ਚੱਲਦਾ ਪਿਆ ਆਪਣਾ, 56-20 ਕਿਵੇਂ ਉੱਛਲਦਾ ਜਿਹਾ ਬਾਈ, ਸੋਹਣਾ ਬੜਾ ਲੱਗਦਾ ਯਾਰ, ਆਹ ਦੇਖੋ ਲੁੱਕ ਕਿੰਨੀ ਘੈਂਟ ਲੱਗਦੀ ਪਈ ਹੈ ਇਹਦੀ,
ਤੇ ਇਹਨੂੰ 44 ਨੂੰ ਵੀ ਕਰੀਏ ਮੜਾ ਜਾਂ ਪਿਛਾਂ। ਲਓ ਜੀ ਮਿੱਤਰੋ ਸਟਾਰਟ ਕਰਤਾ ਆਪਣਾ ਜੌਂਡੀਅਰ 47-55, ਇਹਦਾ ਤਾਂ ਮਿੱਤਰੋ ਤੋੜ ਹੀ ਕੋਈ ਹੈਣੀ ਨਾ। ਲੈ ਬਈ ਮਿੱਤਰਾ ਇਹਦਾ ਧੱਕੇ ਮਾਰਦਾ ਦੇਖੋ, ਉੱਛਲ ਉੱਛਲ ਆਏ ਜਾਂਦਾ ਟਰੈਕਟਰ। ਕਿਆ ਬਾਤ ਹੈ ਬਈ, ਕਿਆ ਬਾਤ ਹੈ, ਕਿਆ ਬਾਤ ਹੈ, 4x4 ਪੂਰਾ ਐ ਮਿੱਟੀ ਪੜਦਾ ਜਾਂਦਾ ਟਾਇਰਾਂ ਨਾਲ ਵੀ। ਸੱਤਵਾਂ ਗੇਅਰ ਹੈ ਮਿੱਤਰੋ ਇਹ 'ਚ, ਹਾਈ ਲੋ ਹੈ ਨਹੀਂ ਗੇ। ਕਈ ਟਰੈਕਟਰ ਹੈਗੇ ਇੱਦਾਂ ਦੇ ਜਿਨ੍ਹਾਂ 'ਚ ਹਾਈ ਲੋ ਗੇਅਰ ਨਹੀਂ ਗੇ, ਸਿੱਧਾ ਗਾਂਹ ਜਾਂ ਪਛਾਂ, ਠੀਕ ਆ। ਪਰ ਗਾਂਹ ਪਛਾਣ ਵਾਲਿਆਂ 'ਚ ਵੀ ਆ, ਬੈਕ 'ਚ ਵੀ 2-2-3-3 ਗੇਅਰ ਆ, ਅਤੇ ਅੱਗੇ ਨੂੰ 10-10-12-12 ਗੇਅਰ ਆ ਜਿਵੇਂ ਟਰੱਕ ਦੇ ਹੁੰਦੇ ਆ। ਸੋ ਉਹ ਹਿਸਾਬ ਕਿਤਾਬ ਆ ਕਿ ਕਿਆ ਬਾਤ ਹੈ ਬਾਈ, ਉੜਦਾ ਬਈ ਆ ਤਾਂ ਬਾਈ। ਆਹ ਵੀ ਝੋਟਾ ਇਹਦਾ ਟਰੇਟਰ ਤੁਹਾਨੂੰ ਪਤਾ ਹੀ ਹੈ, ਇਹਦੇ ਵਾਸਤੇ ਤਾਂ ਇਹ ਬਣਿਆ ਵਾ ਨਾ, ਆਹ ਰੂਟਾਵੇਟਰ ਇਸ ਟਰੇਟਰ ਵਾਸਤੇ ਬਣਿਆ, ਅਤੇ ਆਪਣੇ ਵਾਲੇ ਵੀ ਖਾਈਦੇ ਆ। ਆਹ ਦੇਖੋ ਬਾਈ ਕੀ ਪੈਟਰਨ ਜੇ ਬਣਾਤੇ। ਸੋ ਇੱਥੇ ਕਣਕ ਬੀਜਣੀ ਆ ਮਿੱਤਰੋ, ਸੋ ਆਹ ਵੀਡੀਓ ਜ਼ਿਆਦਾ ਲੰਮੀ ਹੋਈ ਜਾਂਦੀ ਹੈ, ਅਤੇ ਕਣਕ ਮੈਂ ਬੀਜਣੀ ਆ ਮਿੰਟੋ ਮਿੰਟੀ, ਸਾਰੇ ਟਰੇਟਰ ਲਾ ਦੇਣੇ ਆਪਾਂ, ਕਾਮੇ ਲਾ ਕੇ 4 ਵਾਹਣ ਆਪਣੇ। ਅਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਣਕ ਐਂ ਫੁੱਟੀ ਹੋਈ, ਅਤੇ ਆਪਾਂ ਸਪਰੇਅ ਸਪਰੂ ਵਾਲੀ ਮਸ਼ੀਨ ਲਿਆਵਾਂਗੇ ਅਤੇ ਉਹਦੇ ਨਾਲ ਸਪਰੇਅ ਕਰਾਂਗੇ। ਸੋ ਮਿਲਦੇ ਹਾਂ ਮਿੱਤਰੋ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਬਾਏ ਬਾਏ, ਲਵ ਯੂ। ਮੁੰਡੇ ਸਿਰ ਨੀ ਝੁਕਾਉਂਦੇ, ਮਾਰਨਾ ਮਨਜ਼ੂਰੇ ਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰੇ ਆ। ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ, ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰਦਾਣਾ, ਅਣਕਹਿਲੀ ਮੁੰਡਾ ਪੱਟਿਆ ਰਗਾਨੇ ਤੇਰੀ ਨੋਜ਼ ਪੈਨ ਦਾ, ਤੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ, ਹੁਣ ਦੇ ਦੇ ਤੂੰ ਜਵਾਬ, ਬਹੁਤਾ ਨੀ ਮੈਂ ਬੋਲਦਾ, ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ